ਲੋਜੀ ਕਈਆਂ ਦਾ ਕਮੈਂਟ ਆਉਂਦਾ ਸੀ ਕਿ ਰਹਿਣ ਸਹਿਣ ਦਾ ਆਪਣਾ ਮਤਲਬ ਰੂਮ ਵਗੈਰਾ ਰੈਂਟ ਕਿੱਥਾ ਕਿੰਨਾ ਮਿਲਦੇ ਆ ਜਦੋਂ ਅਸੀਂ ਸਿੰਗਾਪੁਰ ਆਉਂਦੇ ਹਾਂ ਤਾਂ ਸਾਨੂੰ ਰੂਮ ਕਿੱਦਾਂ ਮਿਲੂਗਾ ਕਿੱਥੇ ਰਹਾਂਗੇ ਅਸੀਂ ਸਾਰੇ ਪੁੱਛਦੇ ਸੀ ਤਾਂ ਅਸੀਂ ਹੁਣ ਦੱਸਦੇ ਤੁਹਾਨੂੰ ਆਹ ਸਾਡਾ ਫਰੈਂਡ ਆ ਪੰਕਜ ਇਹ ਤੁਹਾਨੂੰ ਦੱਸੂਗਾ ਕਿ ਕਿੱਦਾਂ ਰੂਮ ਦਾ ਕਿੱਦਾਂ ਮਿਲਦੇ ਆ ਸਾਨੂੰ ਅਸੀਂ ਕਿੱਦਾਂ ਰਹਿੰਦੇ ਹਾਂ ਇੱਥੇ ਰਹਿਣ ਦਾ ਬਹੁਤ ਪ੍ਰੋਬਲਮ ਆ ਕਿਉਂਕਿ ਰੂਮ ਬੜੀ ਮੁਸ਼ਕਿਲ ਨਾਲ ਮਿਲਦੇ ਚੱਲ ਪੰਕਜ ਦੱਸ ਯਾਰ ਹੈਲੋ ਫਰੈਂਡ ਮੈਂ ਪੰਕਜ ਦੇਖੋ ਮੇਰੇ ਭਰਾਓ ਮੇਰੇ ਭੈਣਾਂ ਨੇ ਵੀ ਤੁਸੀਂ ਆਉਣਾ ਤੇ ਸਿੰਗਾਪੁਰ ਇੱਕ ਤਾਂ ਤੁਸੀਂ ਏਜੰਟ ਦੇ ਕਹਿਣ ਤੇ ਤਾਂ ਭੁੱਲ ਜਾਓ ਜੋ ਕਹੂਗਾ ਕਿ ਰੂਮ ਤੁਹਾਨੂੰ ਇੱਥੇ ਮਿਲ ਜਾਊਗਾ ਮੈਂ ਪ੍ਰੋਵਾਈਡ ਕਰਾ ਦੂੰਗਾ ਇੱਥੇ ਕੋਈ ਨਹੀਂ ਕਰਨਾ ਮੈਂ ਫਸਟ ਟਾਈਮ ਆਇਆ ਸੀ ਤਾਂ ਮੈਨੂੰ ਵੀ ਕਿਹਾ ਸੀ ਕਿ ਤੁਹਾਨੂੰ ਰੂਮ ਮਿਲੇਗਾ ਜਾ ਕੇ ਜਿਸ ਟਾਈਮ ਮੈਂ ਸਿੰਗਾਪੁਰ ਵਿੱਚ ਐਂਟਰ ਹੋਇਆ ਸੀ ਤਾਂ ਏਜੰਟ ਨੇ ਮੇਰਾ ਫੋਨ ਨਹੀਂ ਚੱਕਿਆ ਪਹਿਲਾਂ ਮੈਂ ਜਦੋਂ ਗਿਆ ਤਾਂ ਮੈਨੂੰ ਕਲਾਮ ਵਿੱਚ ਰਹੇ ਮੈਂ ਦੋ ਦਿਨ ਤਾਂ ਮੈਂ ਫਲੋਰ 'ਤੇ ਸੁੱਤਾ ਸੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਮੈਂ ਫਰੈਂਕਲੀ ਤੁਹਾਨੂੰ ਕਹਿ ਰਿਹਾ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਇੱਥੇ ਰੂਮ ਦੀ ਐਡਜਸਟ ਕਰਨਾ ਹੀ ਤੁਹਾਨੂੰ ਹੀ ਪੈਣਾ ਜਾਂ ਤੁਸੀਂ ਕਿਸੇ ਨਾਲ ਲਿੰਕ ਕਰ ਲਓ ਆਉਣ ਤੋਂ ਪਹਿਲੇ ਕਿ ਭਾਜੀ ਅਸੀਂ ਸਿੰਗਾਪੁਰ ਆ ਰਹੇ ਹਾਂ ਤੁਹਾਡੇ ਕੋਲ ਰੂਮ ਹੈਗਾ ਸਪੇਸ ਹੈਗਾ ਤਾਂ ਮੇਰੇ ਵਾਸਤੇ ਸੈਪਰੇਟ ਰੱਖ ਲਓ ਤੇ ਮੈਂ ਆ ਕੇ ਤੁਹਾਡੇ ਨਾਲ ਰਹਿ ਲਵਾਂਗਾ ਜੇ ਤੁਹਾਡਾ ਕੋਈ ਫਰੈਂਡ ਹੈਗਾ ਤੁਹਾਡਾ ਨੌਨ ਹੈਗਾ ਤਾਂ ਤੁਹਾਨੂੰ ਇਹਦੀ ਮੁਸ਼ਕਲ ਨਹੀਂ ਆਣੀ ਇਹ ਤਾਂ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਹੈ ਕਿਉਂਕਿ ਰੂਮ ਇੱਥੇ ਬਹੁਤ ਹੀ ਮੁਸ਼ਕਿਲ ਨਾਲ ਮਿਲਦਾ ਮੈਂ 4 ਘੰਟੇ ਸੜਕ ਤੇ ਘੁੰਮਿਆ ਸੀ ਤਾਂ ਮੈਨੂੰ ਪਤਾ ਮੈਂ ਰੂਮ ਕਿੱਦਾਂ ਲੱਭਿਆ ਸੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਤੇ ਇੱਕ ਰੂਮ ਵਿੱਚ 20-20 ਜਣੇ ਐਡਜਸਟ ਕਰਦੇ ਆ ਸਿੰਗਾਪੁਰ ਵਿੱਚ ਬਹੁਤ ਮਹਿੰਗਾ ਰੂਮ ਬਹੁਤ ਜ਼ਿਆਦਾ ਮਹਿੰਗਾ 300 ਦਾ ਮਿਲ ਜਾਣਾ 350 ਦਾ ਮਿਲ ਜਾਣਾ ਸ਼ੇਅਰਿੰਗ ਰੂਮ ਤੁਹਾਨੂੰ ਕਹਿ ਕੇ ਭੇਜੇਗਾ 250 300 ਕਿਉਂਕਿ ਕਈਆਂ ਦਾ ਕਾਲਜ ਦਾ ਟਾਈਮ ਨਹੀਂ ਸੈੱਟ ਪੈਂਦਾ ਮੈਂ ਆਪਣੀ ਗੱਲ ਕਰਦਾ ਮੇਰਾ ਕਾਲਜ ਦਾ ਟਾਈਮ ਸੈੱਟ ਨਹੀਂ ਪੈਂਦਾ ਮੈਂ ਕੁਛ ਮੋਰਨਿੰਗ ਕੰਮ ਕਰਦਾ ਕੁਛ ਨਾਈਟ 'ਚ ਕੰਮ ਕਰਦਾ ਐਡਜਸਟ ਸਾਨੂੰ ਹੀ ਕਰਨਾ ਪੈਣਾ ਏਜੰਟ ਕਹੇਗਾ ਤੁਹਾਨੂੰ ਮੈਂ ਜਾਂਦੇ ਜੋਬ ਲਓ ਕੋਈ ਏਜੰਟ ਨਹੀਂ ਲਵਾਉਂਦਾ ਤੁਸੀਂ ਸਿੰਗਾਪੁਰ 'ਚ ਐਂਟਰ ਕਰਕੇ ਏਜੰਟ ਤੁਹਾਡਾ ਫੋਨ ਚੱਕਣਾ ਬੰਦ ਕਰ ਦੇਗਾ ਬਹੁਤ ਸਟਰਗਲ ਲਾਈਫ ਹੈ ਮੈਂ ਨਹੀਂ ਕਹਿੰਦਾ ਪੈਸਾ ਸਿੰਗਾਪੁਰ 'ਚ ਬਹੁਤ ਪੈਸਾ ਹੈ ਪਰ ਮਿਹਨਤ ਤੁਹਾਨੂੰ ਹੀ ਕਰਨੀ ਪੈਣੀ ਹੈ ਸਟਰਗਲ ਤੁਹਾਨੂੰ ਹੀ ਕਰਨਾ ਪੈਣਾ ਤੁਹਾਨੂੰ ਅਗਰ ਪਤਾ ਵਾ ਕਿ ਤੁਸੀਂ ਇੰਡੀਆ 'ਚ ਤੁਸੀਂ ਮਿਹਨਤ ਕਰਦੇ ਆ ਹਾਰਡ ਵਰਕ ਹੋ ਤੁਸੀਂ ਤਾਂ ਹੀ ਤੁਸੀਂ ਸਿੰਗਾਪੁਰ 'ਚ ਅਗਰ ਤੁਸੀਂ ਇੰਡੀਆ 'ਚ ਵਿਹਲੇ ਰਹਿ ਰਹੇ ਆ ਤਾਂ ਫਿਰ ਤੁਹਾਡਾ ਬਾਹਰ ਜਾਣ ਦਾ ਕੋਈ ਫਾਇਦਾ ਨਹੀਂ ਹੈ ਕੋਈ ਫਾਇਦਾ ਫਿਰ ਤੁਸੀਂ ਇੱਥੇ ਆ ਕੇ ਖੱਜਲ ਹੋ ਕੇ ਵਾਪਸ ਹੀ ਜਾਣਾ ਫ੍ਰੈਂਕਲੀ ਕਹਿ ਰਹੇ ਆ ਤੁਹਾਨੂੰ ਜੇ ਤੁਸੀਂ ਸਟਰਗਲ ਹੋ ਹਾਰਡ ਵਰਕ ਕਰਦੇ ਹੋ ਕਿਉਂਕਿ ਤੁਹਾਨੂੰ ਤੁਸੀਂ ਕਹੋਗੇ ਮੈਨੂੰ ਆਉਂਦੇ ਜੋਬ ਮਿਲ ਜੀ ਕੋਈ ਜੋਬ ਨਹੀਂ ਮਿਲਣੀ ਕਿਸੇ ਨੂੰ ਮਹੀਨਾ ਮਹੀਨਾ ਵੀ ਫ੍ਰੀ ਰਹਿਣਾ ਪੈ ਸਕਦਾ ਕਿਉਂਕਿ ਇੱਥੇ ਸਿਰਫ ਉਸੇ ਬੰਦੇ ਨੂੰ ਰੱਖਦੇ ਆ ਜਿਹੜਾ ਬੰਦਾ ਕੰਮ ਕਰਨ ਤੇਜ਼ ਵਾ ਕਿਉਂਕਿ ਇੱਥੇ ਸਟੂਡੈਂਟ ਦੀ ਕਮੀ ਨਹੀਂ ਆ ਉਹਨਾਂ ਨੂੰ ਕੰਮ ਕਰਨ ਵਰਕਰਸ ਦੀ ਕਮੀ ਨਹੀਂ ਆ ਵਰਕਰ ਬਹੁਤ ਆ ਬਸ ਕੰਮ ਦੀ ਕਮੀ ਆ ਇੱਥੇ ਅਗਰ ਤੁਸੀਂ ਹਾਰਡ ਵਰਕ ਹੋ ਤੁਹਾਡੇ 'ਚ ਹਾਰਡ ਵਰਕ ਹੈਗਾ ਵਾ ਤੁਸੀਂ ਕੰਮ ਕਰ ਸਕਦੇ ਆ ਤੁਹਾਡੀ ਸਪੀਡ ਆ ਕੰਮ ਕਰਨ ਦੀ ਤੁਸੀਂ ਜਲਦੀ ਸਿੱਖਦੇ ਆ ਕਿਸੇ ਕੰਮ ਨੂੰ ਤਾਂ ਫਿਰ ਉਹ ਤੁਹਾਨੂੰ ਰੱਖ ਲੈਣਗੇ ਤੁਹਾਡੀ ਕੁਆਲਿਟੀਜ਼ ਦੇਖ ਕੇ ਤੁਹਾਨੂੰ ਰੱਖਣਗੇ ਉਹ ਕੰਮ ਦੀ ਨਹੀਂ ਕਮੀ ਬਹੁਤ ਕੰਮ ਹੈ ਪਰ ਹਾਰਡ ਵਰਕ ਹੈ ਤੁਸੀਂ ਕਹੋਗਾ ਕਿ ਉੱਥੇ ਜਾਵਾਂਗੇ ਬਹਿ ਜਾਵਾਂਗੇ ਬਹਿ ਕੇ ਵਿਹਲੇ ਰਹਿਣਾ ਤੁਹਾਨੂੰ ਕੋਈ ਜੇ 10 ਘੰਟੇ ਤੋਂ ਤੁਹਾਡਾ ਖੜਾ ਕੰਮ ਹੈ ਤਾਂ 10 ਘੰਟੇ ਖੜੇ ਹੋ ਕੇ ਹੀ ਕੰਮ ਲੈਣਗੇ ਤੁਹਾਨੂੰ ਖੜੇ ਹੋਣ ਵਾਲਾ ਕੰਮ ਹੀ ਲੱਭਣਾ ਵਾ 10 ਘੰਟੇ ਲਗਾਤਾਰ ਕੰਮ ਕਰਨਾ ਹੀ ਕਰਨਾ ਵਾ ਅਗਰ ਤੁਹਾਨੂੰ 10 ਘੰਟੇ ਇਸ ਚੀਜ਼ ਸਮਝ ਕੇ ਚੱਲੀਏ ਜੇ ਤੁਸੀਂ ਕਹੋ ਜਾਂਦੇ ਸਾਨੂੰ ਜੋਬ ਮਿਲ ਜੂ ਤਾਂ ਨਹੀਂ ਮਿਲੇ ਤਾਂ ਮਹੀਨਾ ਵੀ ਲੱਗ ਸਕਦਾ 2 ਮਹੀਨੇ ਵੀ ਲੱਗ ਸਕਦੇ ਆ ਕਿਸੇ ਨੂੰ ਮਿਲਣ ਤੇ ਆਉਣ ਕਿਸੇ ਨੂੰ ਹਫ਼ਤੇ 'ਚ ਹੀ ਮਿਲ ਜਾਂਦਾ ਵਾ ਕਿਸਮਤ ਕਰ ਸਕਦੇ ਹੋ ਥੈਂਕ ਯੂ ਮੈਂ ਜ਼ਿਆਦਾ ਨਹੀਂ ਬੋਲਦਾ ਹੋਇਆ ਮੇਰਾ